ਜ਼ੀਕਾ ਵਾਇਰਸ ਨੂੰ ਲੈ ਕੇ ਸਾਰੀ ਸਥਿਤੀ ਕਾਬੂ 'ਚ। ਸਿਹਤ ਮੰਤਰੀ ਕੇਂਦਰੀ ਸਿਹਤ ਮੰਤਰੀ ਜਗਤ ਪ੍ਰਕਾਸ਼ ਨੱਡਾ ਦਾ ਕਹਿਣਾ ਹੈ ਕਿ ਜ਼ੀਕਾ ਵਾਇਰਸ ਨੂੰ ਲੈ ਕੇ ਸਾਰੀ ਸਥਿਤੀ ਕਾਬੂ ਵਿੱਚ ਹੈ। ਵਾਇਰਸ ਹਮਾਰੇ ਸਰਵੀਲੈਂਸ ਕੇ ਕਾਰਨ ਆਇਆ ਹੈ ਔਰ ਹਮਾਰਾ ਸਰਵੀਲੈਂਸ ਇਤਨਾ ਰੋਬਸਟ ਹੈ ਸਾਰੇ ਦੇਸ਼ ਮੇਂ ਕਿ ਕੋਈ ਵੀ ਐਸਾ ਕੇਸ ਆਤਾ ਹੈ ਤੋ ਉਸ ਕੇਸ ਕੋ ਹਮ ਪਕੜ ਲੇਤੇ ਹੈ ਔਰ ਉਸਕੇ ਬਾਅਦ ਹਮਾਰੇ ਸਟੈਂਡਰਡ ਪ੍ਰੋਟੋਕਾਲਸ ਹੈ WHO ਕੇ ਸਾਥ ਮਿਲ ਕਰਕੇ ਉਨ ਸਟੈਂਡਰਡ ਪ੍ਰੋਟੋਕਾਲਸ ਕੋ ਹਮ ਧਿਆਨ ਮੇਂ ਰੱਖਤੇ ਹੈ। ਆਈਸੋਲੇਟਿਡ ਕੇਸ ਹੈ ਯਾ ਕਲੈਕਟਿਵ ਕੇਸ ਹੈ, ਕੇਸਿਸ ਕਾ ਇੰਸੀਡੈਂਸ ਕਿਆ ਹੈ, ਹਮਾਰੇ ICMR ਇੰਡੀਅਨ ਕਾਉਂਸਿਲ ਫਾਰ ਮੈਡੀਕਲ ਰਿਸਰਚ ਇਸਕੀ ਸਰਵੀਲੈਂਸ ਵੀ ਚਲਤੀ ਹੈ, ਆਪਣੇ ਡਿਪਾਰਟਮੈਂਟ ਕੀ ਵੀ ਸਰਵੀਲੈਂਸ ਚਲਤੀ ਹੈ। ਤੋ ICMR ਔਰ ਨੈਸ਼ਨਲ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਔਰ ਹਮਾਰਾ DGHS ਡਾਇਰੈਕਟਰ ਜਨਰਲ ਆਫ ਹੈਲਥ ਸਰਵਿਸਿਸ, ਯੇ ਤੀਨੋ ਮਿਲ ਕਰਕੇ ਟੀਮ ਕੰਪ੍ਰਾਈਜ਼ ਕਰਕੇ ਇਸਕੋ ਦੇਖ ਰਹੇ ਹੈ। ਮੈਂ ਆਪਕੇ ਮਾਧਿਅਮ ਸੇ ਭਾਰਤ ਕੀ ਜਨਤਾ ਕੋ ਆਸ਼ਵਸਤ ਕਰਨਾ ਚਾਹਤਾ ਹੂੰ ਕਿ ਐਵਰੀਥਿੰਗ ਇਜ਼ ਅੰਡਰ ਕੰਟਰੋਲ, ਨਥਿੰਗ ਟੂ ਬੀ ਪੈਨਿਕ, ਇਟ ਇਜ਼ ਅਵਰ ਕੰਟੀਨਿਊਸ ਸਰਵੀਲੈਂਸ ਪ੍ਰੋਸੈਸ ਵਿਚ ਇਜ਼ ਗੋਇੰਗ ਔਨ ਐਂਡ ਵੀ ਵਿਲ ਟੇਕ ਅਕੋਰਡਿੰਗਲੀ। ਜਹਾਂ ਜਹਾਂ ਇਸਕੇ ਇੰਸੀਡੈਂਟਸ ਮਿਲਤੇ ਹੈ ਵਹਾਂ ਹਮ ਪੂਰੀ ਤਰੀਕੇ ਸੇ ਇਸਕੋ ਹਮ ਸਮਾਪਤ ਕਰਨੇ ਕੇ ਲੀਏ ਉਸ ਕਮਿਊਨਿਟੀ ਮੇਂ ਜੋ ਵੀ ਪ੍ਰੋਟੋਕਾਲਸ ਅਡੋਪਟ ਕਰਨੇ ਹੋਤੇ ਹੈ ਵੋ ਸਾਰੇ ਕਰਤੇ ਹੈ ਔਰ ਹਮ ਇਸਕੇ ਉਪਰ ਨਜ਼ਰ ਬਣਾਏ ਹੋਏ ਹੈ।